ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਆ ਅਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਫਿਰ ਸਵਾਗਤ ਆ। ਅਤੇ ਤੁਹਾਨੂੰ ਪਤਾ ਕੱਲ੍ਹ ਵੀ ਆਪਾਂ ਜਿਹਨਾਂ ਨੇ ਲਾਸਟ ਵਲੌਗ ਵੇਖਿਆ, ਆਪਾਂ ਗਏ ਸੀਗੇ ਜੀ ਲੋਹੀਆਂ ਵਾਲੀ ਸਾਈਡ 'ਤੇ, ਹਰੀਕੇ ਹੈਡ ਦਿਖਾਇਆ ਤੁਹਾਨੂੰ, ਬਹੁਤ ਮੰਦੇ ਵਾਲਾ ਪੰਜਾਬ ਦੇ। ਦਰਅਸਲ ਜੇ ਗੱਲ ਕਰੀਏ ਜਿਹੜੇ ਇਲਾਕੇ ਜ਼ਿਆਦਾ ਪ੍ਰਭਾਵਿਤ ਹੋਏ ਉਹ ਹੈਗਾ ਜੀ ਮੋਹਾਲੀ, ਰੋਪੜ, ਖਰੜ ਏਰੀਆ ਹੋ ਗਿਆ, ਫਤਿਹਗੜ੍ਹ ਸਾਹਿਬ ਗਾ, ਰਾਜਪੁਰੇ ਤੱਕ ਉੱਧਰੋਂ ਪਾਣੀ ਪਾਣੀ, ਪਟਿਆਲਾ ਹੋ ਗਿਆ। ਅਤੇ ਜੇ ਸਾਡੇ ਏਰੀਏ ਦੀ ਗੱਲ ਕਰਦੇ ਹਾਂ ਤਾਂ ਕੱਲ੍ਹ ਤੁਹਾਨੂੰ ਲੋਹੀਆਂ ਦਿਖਾਇਆ, ਹਰੀਕਾ ਹੈਡ ਦਿਖਾਇਆ, ਹਰੀਕਾ ਤੋਂ ਹੈਡ ਤੋਂ ਕਹਿੰਦਾ ਸਭਰਾਵਾਂ ਵਾਲੀ ਸਾਈਡ ਬਹੁਤ ਜ਼ਿਆਦਾ ਪਾਣੀ ਆ ਗਿਆ ਵਾ ਫਿਰੋਜ਼ਪੁਰ। ਮੈਂ ਹੁਣ ਗੱਲ ਸੁਣ ਚਾਹੀ ਕਿ ਫਿਰੋਜ਼ਪੁਰ ਵੀ ਜਿਹੜਾ ਪਾਣੀ ਕਾਫੀ ਆ ਗਿਆ। ਅਤੇ ਮੈਂ ਦਰਅਸਲ ਗੱਲ ਚੱਲਿਆ ਜੀ ਇੱਕ, ਹੁਣ ਚਲੋ ਸੇਵਾ ਸਾਰੀ ਚੱਲ ਰਹੀ, ਕੱਲ੍ਹ ਅਸੀਂ ਵੀ ਕੋਸ਼ਿਸ਼ ਕੀਤੀ ਥੋੜ੍ਹੀ ਜਿਹੀ ਜਿੰਨਾ ਕਿ ਹੋ ਸਕੇ ਕਿ ਪਾਣੀ ਦੀਆਂ 50-60 ਪੇਟੀਆਂ ਹੈਗੀਆਂ ਸੀ ਜਿਹੜੀਆਂ ਅਸੀਂ ਦੇ ਕੇ ਆਏ ਹਾਂ। ਅਤੇ ਅੱਜ ਹੁਣ ਮੈਂ ਚੱਲਿਆ ਵਾਂ, ਮੇਰੇ ਨਾਲ ਦਾ ਪਿੰਡ ਹੈਗਾ ਮਨਸੂਰ ਦੇ, ਵਾ ਨਾਲ ਹੀ ਆ ਬਿਲਕੁਲ। ਅਤੇ ਉੱਥੇ ਚੱਲਿਆ, ਉੱਥੇ ਕੀ ਆ ਕਿ ਜਿਹੜਾ ਪਿੰਡ ਆ ਉਹਦਾ ਉਹ ਲੱਗਿਆ ਜੀ 1 ਕਿੱਲਾ ਪਨੀਰੀ ਬੀਜਣ। ਅਤੇ ਮੈਂ ਆਪਾਂ ਚਾਹੁੰਦੇ ਹਾਂ ਕਿ ਕਿਉਂਕਿ ਝੋਨੇ ਤਾਂ ਕਿਸਾਨਾਂ ਦੇ ਮਾਰੀ ਗਏ ਹੁਣ, ਕਿਉਂਕਿ ਦੁਬਾਰਾ ਲਾਉਣੇ ਪੈਣੇ, ਹਜੇ ਟਾਈਮ ਹੈਗਾ ਵਾ ਝੋਨੇ ਲੱਗ ਸਕਦੇ, ਹੋਰ 10-15 ਦਿਨਾਂ ਤੱਕ ਜਦੋਂ ਵੀ ਰਾਹਤ ਮਿਲੂਗੀ ਪਾਣੀ ਤਾਂ ਝੋਨਾ ਲੱਗ ਜਾਊਗਾ। ਅਤੇ ਉਹ ਪਨੀਰੀ ਬੀਜਣੀ, ਉਹ ਸੇਵਾ ਇਕੱਠੀ ਕਰ ਰਹੇ, ਕੋਸ਼ਿਸ਼ ਕਰਦੇ ਜਿੰਨੀ ਜੋ ਕਿਸੇ ਕਿ ਸੇਵਾ ਇਕੱਠੀ ਕਰ ਸੇਵਾ ਦੇ ਕੇ ਆਉਂਦੇ ਆਪਾਂ। ਅਤੇ ਬਾਕੀ ਜੇ ਹੋ ਸਕੇ ਤਾਂ ਜਿਸ ਭਰਾਵਾਂ ਵਾਲੀ ਸਾਈਡ ਵੀ ਮੈਂ ਤੁਹਾਨੂੰ ਚੱਲੂੰਗਾ, ਜੋ ਪੰਜਾਬ ਦੇ ਹਾਲਾਤ ਆ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ। ਅਤੇ ਵੀਡੀਓ ਨੂੰ ਸ਼ੇਅਰ ਕਰੋ ਜਾਂ ਹੋਰ ਵੀ ਜੇ ਕੋਈ ਸੇਵਾ ਕਰਨਾ ਚਾਹੁੰਦਾ ਤਾਂ ਜ਼ਰੂਰ ਕਰੋ। ਹਾਂ, ਜੇ ਤੁਸੀਂ ਕਿਸੇ ਨੂੰ ਨਹੀਂ ਵੀ ਪਾਉਣੀ ਆਪਦੇ ਬਿਹੇਵ 'ਤੇ, ਜਾਓ ਆਪ ਜਾਓ, ਨਾਲੇ ਦੇਖੋ ਅਗਲੇ ਦੀ ਹੈਲਪ ਕਰੋ, ਅਤੇ ਨਾਲੇ ਜਿਹੜਾ ਵੀ ਤੁਸੀਂ ਸਮਾਨ ਲਿਜਾ ਸਕਦੇ। ਪਰ ਜੇ ਸਮਾਨ ਦੀ ਗੱਲ ਕਰੀਏ, ਤੁਸੀਂ ਕਿਸ ਤਰ੍ਹਾਂ ਦੀ ਸੇਵਾ ਕਰ ਸਕਦੇ ਹੋ? ਪਨੀਰੀ ਹੁਣ ਵੀ ਚੱਲ ਲੱਗੇ ਆ, ਪਨੀਰੀ ਤਾਂ ਚਲੋ ਇਹ ਮਹੀਨੇ ਨੂੰ ਲੋੜ ਹੋ ਜੂਗੀ, ਅਤੇ ਮਹੀਨੇ ਕੁ ਤੱਕ ਲੋੜ ਪਊਗੀ ਜਾਂ 20-25 ਦਿਨਾਂ ਤੱਕ ਹੋ ਜੂਗੀ। ਪਰ ਅੱਜ ਦੇ ਟਾਈਮ ਉੱਥੇ ਜਿਹੜੀ ਲੋੜ ਆ ਮੇਨ ਜਿਹੜੀ ਆ, ਇੱਕ ਤਾਂ ਮੱਛਰਦਾਨੀਆਂ ਦੀ, ਦੂਜੇ ਜਿਹੜੇ ਹੁੰਦੇ ਆ ਗੱਲ ਕਰਦੇ ਆਪਾਂ ਮੱਛਰ ਤੋਂ ਹੁੰਦੇ ਆ ਆਲ ਆਊਟ ਦੀ ਜਿਹੜੇ ਕਛੂਏ ਹੁੰਦੇ ਹੈ ਨਾ, ਅਤੇ ਉਹਦੀ ਲੋੜ ਆ ਮੇਨ। ਅਤੇ ਪਾਣੀ ਮੇਨ, ਜ਼ਿਆਦਾ ਪਾਣੀ ਦਾ, ਅਤੇ ਕੁਝ ਮੈਡੀਸਨ ਵਗੈਰਾ ਜਿੱਦਾਂ ਬੁਖਾਰ ਬੁਖੂਰ ਦੀ, ਕਿਉਂਕਿ ਖੁਰਕ ਜਦੋਂ ਮੱਛਰ ਹੁੰਦਾ ਵਾ, ਖਾਰਸ਼ ਹੁੰਦੀ, ਖਾਰਸ਼ ਦੀ ਬਹੁਤ ਦਿੱਕਤ ਆਉਂਦੀ ਇਹਨਾਂ ਦਿਨਾਂ ਦੇ ਵਿੱਚ, ਅਤੇ ਕਾਫੀ ਬਿਮਾਰੀਆਂ ਵੀ ਲੱਗਦੀਆਂ। ਉਹ ਤੁਸੀਂ ਮੈਡੀਸਨ ਪਹੁੰਚਾ ਸਕਦੇ, ਮੱਛਰਦਾਨੀਆਂ ਲਿਜਾ ਸਕਦੇ, ਦੁੱਧ ਲੈ ਕੇ ਜਾ ਸਕਦੇ ਆ, ਔਰ ਹੋ ਸਕੇ ਤਾਂ ਨਾਲ ਪਾਣੀ ਵੱਧ ਤੋਂ ਵੱਧ ਲੈ ਕੇ ਜਾਓ। ਮੇਨ ਪਾਣੀ ਦੀ ਦਿੱਕਤ ਆਉਂਦੀ, ਕਿਉਂਕਿ ਬੋਰਾਂ ਦੇ ਵਿੱਚ ਪਾਣੀ ਜਾਂਦਾ ਭਾਰ, ਇਸ ਕਰਕੇ ਥੋੜ੍ਹੀ ਜ਼ਿਆਦਾ ਦਿੱਕਤ ਆਉਂਦੀ ਆ। ਅਤੇ ਪਾਣੀ ਜ਼ਰੂਰ ਲੈ ਕੇ ਜਾਓ ਆਪਦੇ ਬਿਹੇਵ 'ਤੇ। ਅੱਜ ਉਮਰੀਆਂ ਨੂੰ ਵੀ ਆਪਣੇ ਰਿਸ਼ਤੇਦਾਰ ਹੈਗੇ, ਉਹ ਹੀ ਅੱਜ ਟਰਾਲਾ ਲੈ ਕੇ ਗਏ ਆ, ਵੱਡਾ ਟਰਾਲਾ ਪਾ ਕੇ ਲੈ ਕੇ ਪਾਣੀ ਦਾ, ਹੈ ਨਾ। ਮਤਲਬ ਆਪਦੇ ਬਿਹੇਵ 'ਤੇ ਜਿੰਨੇ ਵੀ ਯੋਗ ਹੈ ਕਿ ਸਾਰੇ ਕਰ ਰਹੇ ਹੈਲਪ, ਅਤੇ ਤੁਸੀਂ ਵੀ ਜਿਹੜਾ ਵੀਡੀਓ ਦੇਖ ਰਹੇ ਵੱਧ ਤੋਂ ਵੱਧ ਸ਼ੇਅਰ ਕਰੋ। ਹੈਲਪ ਨਹੀਂ ਕਰ ਸਕਦੇ ਘੱਟੋ ਘੱਟ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਹੋਰ ਵੀ ਸੰਗਤ ਇਹ ਵੀਡੀਓ ਦੇਖੇ, ਅਤੇ ਸ਼ੇ ਉਹ ਮਤਲਬ ਹੈਲਪ ਕਰੇ, ਹੈ ਨਾ। ਅਤੇ ਜਿਹੜੀਆਂ ਚੀਜ਼ਾਂ ਦੀ ਲੋੜ ਉਹ ਤੁਹਾਨੂੰ ਮੈਂ ਦੱਸਦੇ, ਚਲੋ ਆਪਾਂ ਚੱਲਦੇ ਹਾਂ ਮਨਸੂਰ ਦੇ, ਅਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ, ਅਤੇ ਫਿਰ ਕਰਦੇ ਹਾਂ ਗੱਲਬਾਤ, ਹੈ ਨਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਦੇਖ ਲਓ, ਇਹ ਆ ਜੀ ਪਿੰਡ ਮਨਸੂਰ ਦੇ ਵੱਲੋਂ, ਹੈ ਨਾ। ਅਤੇ 2 ਕਿੱਲੇ ਵਾਹਣ ਹੈਗਾ ਜਿਹਦੇ 'ਚ ਆਪਾਂ ਬੀਜਣ ਲੱਗੇ ਹਾਂ ਪਨੀਰੀ, ਹੈ ਨਾ। ਅਤੇ ਬਾਕੀ ਬਾਈ ਹਰੀ ਸੇਵਾ ਕਰ ਰਹੇ, ਤੁਸੀਂ ਜ਼ਰੂਰ ਆ ਕੇ ਜਿਹੜੇ ਵੀ ਆਏ ਨਾ, ਮੈਂ ਇਹਦਾ ਨੰਬਰ ਮੈਨਸ਼ਨ ਕਰ ਦਿੰਦਾ ਵੀਡੀਓ ਦੇ ਵਿੱਚ, ਅਤੇ ਜ਼ਰੂਰ ਥੱਲੇ ਵੀ ਲਿੰਕ 'ਚ ਵੀ ਦੇ ਦੂੰਗਾ, ਅਤੇ ਜ਼ਰੂਰ ਆ ਕੇ ਕੰਟੈਕਟ ਕਰਿਓ, ਹੋਰ ਵੀ ਸੇਵਾ ਤੋਂ ਜਾਣੀ, ਹੈ ਨਾ। ਅਤੇ 2 ਕਿੱਲੇ ਪਹਿਲਾਂ ਥੋੜ੍ਹਾ ਵਾਹਣ ਸੀਗਾ, ਅਤੇ ਚਲੋ ਜਿੰਨੇ ਵੀ ਹੈਲਪ ਉਹਨਾਂ ਨੇ, ਹਾਂ ਮੁੰਡਿਆਂ ਨੇ ਬਾਹਰੋਂ ਫੋਨ ਕੀਤਾ, ਉਹਨਾਂ ਨੇ ਕਿਹਾ ਕਿ ਅਸੀਂ ਚਲੋ ਜਿੰਨੇ ਵੀ ਜੋਗ ਹੈ ਕਿ ਸੇਵਾ ਕਰਦੇ ਹਾਂ, ਅਤੇ ਇਸ ਕਰਕੇ ਇਹਨਾਂ ਨੇ ਜਗ੍ਹਾ 1 ਕਿੱਲਾ ਪਹਿਲਾਂ ਲੱਗੀ ਸੀ, ਪਰ 2 ਕਿੱਲੇ ਕਰਤੀ, ਜੇ ਹੋ ਸਕੇ ਜੇ ਸੇਵਾ ਵੱਧ ਗਈ ਅਤੇ ਆਹ ਜਿਹੜਾ ਏਰੀਆ ਪਿਆ ਇਹ ਸਾਰਾ ਜਿੰਨਾ ਤੁਸੀਂ ਦੇਖ ਰਹੇ ਹਾਂ ਵੀਡੀਓ ਦੇ ਵਿੱਚ, ਤੁਸੀਂ ਇਹਦੇ 'ਤੇ ਵੀ ਮਤਲਬ ਪਨੀਰੀ ਬੀਜ ਕੇ ਜਾਂ ਹੋਰ ਕੋਈ ਸੁੱਕਾ ਰਾਸ਼ਨ ਇਕੱਠਾ ਕਰਕੇ ਇੱਥੋਂ ਪਹੁੰਚਾਇਆ ਜਾ ਸਕਦਾ ਨਾ। ਅਤੇ ਜਿੰਨੇ ਵੀ ਜੋਗ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ, ਮਤਲਬ ਵੀਡੀਓ ਸ਼ੇਅਰ ਕਰ ਦਿਓ, ਅਤੇ ਜਾਂ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ, ਅਤੇ ਜਾਂ ਸਾਰੇ ਹੈਲਪ ਕਰ ਸਕਣੇ, ਇਸ ਕਰਕੇ ਜ਼ਰੂਰੀ ਆ ਨਾ। ਜਿੰਨੇ ਵੀ ਯੋਗ ਹੈਗੇ ਆ ਅਤੇ ਜ਼ਰੂਰ ਕਰਨੀ ਚਾਹੀਦੀ ਆ। ਅਤੇ ਨੰਬਰ ਬੋਲੀ ਮਾੜਾ ਜਿਹਾ ਜਸਪ੍ਰੀਤ ਦਾ, 94-74-80-083, ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਲਓ ਜੇ ਕਿਸੇ ਨੇ ਸੇਵਾ ਕਰਨੀ, ਤਾਂ ਜ਼ਰੂਰ ਜਿੰਨੀ ਯੋਗ ਹੈਗਾ ਅਤੇ ਜ਼ਰੂਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਸੁੱਕਾ ਰਾਸ਼ਨ ਜੇ ਉੱਥੇ ਨਹੀਂ ਪਹੁੰਚਾ ਸਕਦੇ, ਤਾਂ ਇਹ ਜਗ੍ਹਾ ਹੈਗੀ ਪਿੰਡ ਮਨਸੂਰ ਦੇ ਨੀਅਰ ਜੀਰਾ, ਇਸ ਚੀਜ਼ ਦਾ ਖਿਆਲ ਰੱਖਿਓ, ਕਿਉਂਕਿ ਵੀਡੀਓ ਇਹ ਮਤਲਬ ਪੂਰੇ ਪੰਜਾਬ ਚੱਲੂਗੀ, ਕਈ ਵਾਰੀ ਦਿੱਕਤ ਹੋ ਜਾਂਦੀ ਕਿ ਬੰਦਾ ਬਾਹਰੋਂ ਕਨੈਕਟ। ਹਾਂ, ਜਿਹਨੇ ਪੈਸੇ ਦੀ ਕੋਈ ਬਾਹਰੋਂ ਕਰਨੀ ਆ ਉਹ ਨੰਬਰ ਮੈਂ ਤੁਹਾਨੂੰ ਦਿੱਤਾ, ਕਰ ਲਿਓ। ਅਤੇ ਬਾਕੀ ਜਿਹੜਾ ਜੀਰੇ ਦੇ ਨੇੜੇ ਸੁੱਕਾ ਰਾਸ਼ਨ ਤੁਸੀਂ ਇੱਥੇ ਪਹੁੰਚਾ ਸਕਦੇ ਆ, ਮਤਲਬ ਤੂੜੀ ਹੋ ਗਏ, ਪੱਠੇ ਹੋ ਗਏ, ਉਹ ਫਿਰ ਇੱਥੋਂ ਪਹੁੰਚ ਦੀ ਆਪੇ ਕਰ ਦੇਣਗੇ ਨਾ। ਅਤੇ ਬਾਕੀ ਹਾਂ ਰਸਤਾ ਕੁਝ ਵੀ ਆ, ਮਤਲਬ ਖਾਣ ਪੀਣ ਨਾਲ ਰਿਲੇਟਡ ਵੀ ਹੋ ਸਕਦਾ ਉਹ ਤੁਹਾਡੇ ਦੇ। ਹਾਂ, ਤੁਸੀਂ ਆਪਦਾ ਆਪ ਪਹੁੰਚੋ, ਨਹੀਂ ਤਾਂ ਜਿੰਨੇ ਜੋ ਕਿਉਂਕਿ ਪੈਸੇ ਵੀ ਨਹੀਂ ਤਾਂ ਰਾਸ਼ਨ ਭੇਜ ਦਿਓ, ਮਤਲਬ ਪਹੁੰਚੂਗਾ 100% ਪਹੁੰਚੂਗਾ, ਇਹਦੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਹਾਂ, ਬਾਕੀ ਵਧੀਆ ਵਾ, ਕੋਈ ਦਿੱਕਤ ਹੈਗਾ ਵਧੀਆ, ਮਤਲਬ 2 ਕਿੱਲੇ ਤਾਂ ਲਾ ਹੀ ਰਹੇ, ਹੋਰ ਵੀ ਹੋ ਸਕਦੇ, ਇੱਧਰ ਵੀ ਲੱਗ ਜੂਗੀ ਫਿਰ, ਹੈ ਨਾ, ਤੁਹਾਡੇ ਨਾਲ ਹੀ ਹੈ ਜਿੰਨੀ ਤੁਸੀਂ ਸਹਿਯੋਗ ਕਰ ਦੋਗੇ। ਚਲੋ ਹਾਂ, ਠੀਕ ਹੈ ਜੀ। ਹਾਂਜੀ, ਇਹ ਤੁਸੀਂ ਦੇਖ ਰਹੇ ਸੀ ਜੀ, ਜਿਹੜੇ ਮਨਸੂਰ ਦੇ ਵਿੱਚ ਪਿੰਡ ਵੱਲੋਂ ਪਨੀਰੀ ਬੀਜੀ ਜਾ ਰਹੀ ਹੈ ਨਾ, ਉਹ ਆਪਾਂ ਚਲੋ ਆਪਦੀ ਜਿੰਨੀ ਯੋਗ ਹੈਗੇ ਆ ਸੇਵਾ ਕਰ ਰਹੇ ਹੈ ਨਾ, ਅਤੇ ਵਧੀਆ ਉਪਰਾਲਾ ਕਰ ਰਹੇ ਆ। 2 ਕਿੱਲੇ ਉਹਨਾਂ ਨੇ ਕਿਹਾ ਸੀ, ਪਹਿਲਾਂ 1 ਕਿੱਲਾ ਬੀਜ ਲੈ ਕੇ ਫਿਰ ਬਾਹਰੋਂ, ਹੁਣ ਜਿਵੇਂ ਗਰਾਈ ਜਿਵੇਂ ਜਿਵੇਂ ਹੋਣੀ ਸ਼ੁਰੂ ਹੋਈ ਆ, 2 ਕਿੱਲੇ ਉਹਨਾਂ ਕੋਲ
पर जिन्नी योगी भी है जरूर जाके हेल्प करो। तो चलो मैं सेवा कह रहा हूँ चलते हैं फैक्ट्री फिर करते हैं गलबात निके मोटे काम कराने है ना। टाइम हो गया शाम का साढ़े पौने सात मिट्टी पा रहे भरती नाल लोह लंगर लिया वा रोड के उत्ते बह के बर्गर खाने बस हूँ तो इतने शिमला मनाली समझना वा चार दिन।